ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅੰਤਰਰਾਸ਼ਟਰੀ ਮੰਡੀਆਂ ਵਿੱਚ ਆਪਣੇ ਉਤਪਾਦਾਂ ਦੀ ਪਹੁੰਚ ਬਣਾਉਣ ਦੇ ਲਈ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਘੱਟ ਵਰਤੋਂ ਕਰਕੇ ਜੈਵਿਕ ਖੇਤੀ ਵੱਲ ਕਦਮ ਪੁੱਟਣ। ਮਹਾਰਾਣੀ ਪਰਨੀਤ ਕੌਰ ਏਸ਼ੀਆ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਮਾਰਕਫੈਡ ਵੱਲੋਂ ਮਨਾਏ ਜਾ ਰਹੇ 64ਵੇਂ ਸਰਵ ਭਾਰਤੀ ਸਹਿਕਾਰੀ ਹਫ਼ਤੇ ਦੇ ਸੰਬੰਧ ਵਿੱਚ ਜਨਤਕ ਨਿੱਜੀ ਸਹਿਕਾਰਤਾ ਭਾਈਵਾਲੇ ਵਿਸ਼ੇ ਤੇ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ ਲਾਅ ਵਿਖੇ ਕਰਵਾਏ ਗਏ ਵਿਸ਼ਾਲ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਜਾਣੂ ਨੇ ਜਿਸ ਤਰ੍ਹਾਂ ਸਰੋਂ ਦਾ ਸਾਗ, ਦਾਲ ਮੱਖਣੀ ਵਗੈਰਾ, ਪਰ ਉਸ ਦੇ ਬਾਵਜੂਦ ਅੱਜ ਖੁਸ਼ੀ ਹੋਈ ਕਿ ਕਈ ਔਰਗੈਨਿਕ ਵੀ ਇਹ ਕਰਨ ਲੱਗ ਪਏ, ਜਿਹੜੇ ਅੱਜ ਦੀ ਲੋੜ ਹੈਗੀ ਹੈ। ਔਰ ਇਹਨਾਂ ਦੇ ਫਰਟੀਲਾਈਜ਼ਰ ਵੀ ਹੁਣ ਦੇਖਿਆ, ਕੋਈ ਤਾਂ ਔਰਗੈਨਿਕ ਹੈਗੇ ਨੇ। ਸੋ ਬਹੁਤ ਵਧੀਆ ਕੁਆਲਿਟੀ ਔਰ ਮਾਰਕਫੈਡ ਦਾ ਜਿਹੜਾ ਸਟੈਂਡਰਡ ਹੈਗਾ ਦੇਖਣ ਬਹੁਤ ਵਧੀਆ ਹੈਗਾ। ਤਾਂ ਮੈਂ ਵਧਾਈ ਦਿੰਦੀ ਹਾਂ ਆਪਣੇ ਮੰਤਰੀ ਸਾਹਿਬ ਧਰਮਸੋਤ ਜੀ ਔਰ ਸਾਡੇ ਚੇਅਰਮੈਨ ਸਾਮਰਾ ਜੀ ਔਰ ਸਾਰੇ ਜਿਹੜੇ ਇੰਪਲਾਈ ਹੈਗੇ ਨੇ ਇੱਥੇ ਔਰ ਸਾਡੇ MD ਸਾਹਿਬ ਸਾਰੇ ਜਿਹੜੇ ਹੈਗੇ ਨੇ, ਔਰ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ, ਇਸ ਤਰ੍ਹਾਂ ਹੀ ਕਰਦੇ ਰਹੋ ਔਰ ਵੱਧ ਤੋਂ ਵੱਧ ਸਾਨੂੰ ਕਿਸਾਨਾਂ ਨੂੰ ਠੀਕ ਚੀਜ਼ਾਂ ਦੇਣ ਦੀ ਲੋੜ ਹੈ। ਪਟਿਆਲਾ ਤੋਂ ਬਲਿੰਦਰ ਬਿੰਨੀ ਦੀ ਰਿਪੋਰਟ, ਚੈਨਲ 2।